ਹਾਂਜੀ ਅਤੇ ਚਾਓ ਸਭ ਨੂੰ, ਅਤੇ ਮੈਂ ਹਾਦਲ ਜਮਾਲ, ਤੁਸੀਂ ਦੇਖ ਰਹੇ ਹੋ ABCD ਪੰਜਾਬੀ। ਅੱਜ ਅਸੀਂ ਗੱਲ ਕਰਾਂਗੇ ਪਤੰਤੇ ਦੇ ਬਾਰੇ ਕਿ ਬਿਨਾਂ ਥਿਊਰੀ ਤੋਂ ਤੁਸੀਂ ਪਤੰਤੇ ਲੈ ਸਕਦੇ ਹੋ ਕਿ ਨਹੀਂ, ਠੀਕ ਹੈ ਜੀ। ਔਰ UNO ਦਾ ਪਤੰਤੇ ਕਿਵੇਂ ਫੰਕਸ਼ਨ ਕਰਦਾ ਹੈ, ਔਰ ਜਿਹੜਾ ਤੁਸੀਂ ਇੱਕ ਇੰਡੀਆ ਤੋਂ ਆਉਂਦੇ ਹੋ, ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ ਆਉਂਦੇ ਹੋ, ਅਤੇ ਤੁਹਾਡਾ ਜਿਹੜਾ ਪਤੰਤੇ ਡਰਾਈਵਿੰਗ ਲਾਇਸੈਂਸ ਹੈ ਉਹ ਕਿੰਨੇ ਟਾਈਮ ਲਈ ਵੈਲਿਡ ਹੁੰਦਾ ਹੈ, ਔਰ ਉਹ ਵੈਲਿਡ ਵੀ ਹੁੰਦਾ ਕਿ ਨਹੀਂ, ਠੀਕ ਹੈ। ਫਿਰ ਇਹਦੇ ਤੋਂ ਇਲਾਵਾ ਅਸੀਂ ਗੱਲ ਕਰਾਂਗੇ ਕਿ ਜੇ ਪਤੰਤੇ ਡੁਪਲੀਕਾਤ ਤੋਂ ਡੁਪਲੀਕੇਟ ਪਤੰਤੇ ਤੁਸੀਂ ਕਢਾਉਣਾ ਹੋਵੇ ਤਾਂ, ਠੀਕ ਹੈ, ਯਾਨੀ ਕਿ ਡੁਪਲੀਕੇਟ ਪਤੰਤੇ ਇਨ ਕੇਸ ਜੇ ਤੁਹਾਡਾ ਪਤੰਤੇ ਗੁੰਮ ਹੋ ਜਾਂਦਾ, ਖਰਾਬ ਹੋ ਜਾਂਦਾ, ਟੁੱਟ ਭੱਜ ਜਾਂਦਾ, ਠੀਕ ਹੈ, ਫਿਰ ਡੁਪਲੀਕੇਟ ਦੂਸਰਾ ਉਹਦੀ ਕਾਪੀ ਕਢਾਉਣੀ ਹੁੰਦੀ ਹੈ, ਉਹਦਾ ਕੀ ਪ੍ਰੋਸੀਜਰ ਹੈ। ਅਤੇ ਇਹਦੇ ਵੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਇਹੀ ਹੈ ਕਿ ਪਤੰਤੇ ਵੀ ਤੁਹਾਡਾ ਥਿਊਰੀ ਪੜ੍ਹੇ ਬਿਨਾਂ ਹੋ ਸਕਦਾ ਕਿ ਨਹੀਂ, ਉਹ ਹੋ ਸਕਦਾ, ਕਿਵੇਂ ਹੋ ਸਕਦਾ, ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਅਤੇ ਜਿਹੜੇ ਨਵੇਂ ਆਏ ਚੈਨਲ ਦੀ ਸਬਸਕ੍ਰਾਈਬ ਕਰ ਲਓ, ਡਿਸਕ੍ਰਿਪਸ਼ਨ ਵੀ ਲਿੰਕ ਦਿੱਤੇ ਗਏ ਹੁਣ ਚੀਜ਼ਾਂ ਦੇ, ਔਰ ਬਾਕੀ ਪਤੰਤੇ ਦੇ ਬਾਰੇ ਚੀਜ਼ਾਂ ਜਿੱਦਾਂ ਨਾਂਜ਼ਾਂ ਦੇ ਬਾਰੇ ਸਾਰੀਆਂ ਚੀਜ਼ਾਂ ਦੇ ਬਾਰੇ ਲਿੰਕ ਦਿੱਤੇ ਗਏ ਹੋਣਗੇ, ਔਰ ਬੱਚਿਆਂ ਦੇ ਬੋਨਸ ਕਿਹੜੇ ਹੁੰਦੇ ਨੇ ਉਹਨਾਂ ਦੇ ਬਾਰੇ ਲਿੰਕ ਦਿੱਤੇ ਗਏ ਹੋਣਗੇ, ਤੁਸੀਂ ਉਹਨਾਂ ਨੂੰ ਡਿਸਕ੍ਰਿਪਸ਼ਨ ਵੀ ਚੈੱਕ ਕਰ ਸਕਦੇ ਹੋ ਜਿਹੜਾ ਤੁਹਾਡੇ ਮਤਲਬ ਦਾ ਹੋਵੇ। ਅਤੇ ਜੇ ਪਤੰਤੇ ਤੁਹਾਡਾ ਗੁੰਮ ਹੋ ਜਾਏ, ਖਰਾਬ ਹੋ ਜਾਏ, ਠੀਕ ਹੈ, ਚੋਰੀ ਹੋ ਜਾਏ, ਉਸ ਕੇਸ ਵੀ ਕੀ ਕਰਨਾ ਚਾਹੀਦਾ, ਠੀਕ ਹੈ। ਸਮਾਰੀ ਮਿਹਨਤ ਫੋਰ ਤੋਂ ਜਿਸ ਤਰ੍ਹਾਂ ਸ਼ਿਓਨ ਤਲਾ ਪਤੰਤੇ ਦੀ ਵੀ ਦਾ ਖਰਾਬ ਹੋ ਜਾਏ, ਟੁੱਟ ਹੋ ਜਾਏ, ਜੇ ਫਟ ਜਾਏ, ਜਿਵੇਂ ਪਤੰਤੇ ਠੀਕ ਹੈ, ਯੂਜ਼ ਹੋਣ ਦੇ ਕਾਬਲ, ਪੜ੍ਹਨ ਦੇ ਕਾਬਲ ਨਾ ਰਹੋ, ਜਿਵੇਂ ਇਹਨਾਂ 'ਚ ਕੇਸਾਂ ਵਿੱਚ ਆਉਂਦਾ, ਪੜ੍ਹਨ ਦੇ ਕਾਬਲ ਨਾ ਰਹੋ, ਚੋਰੀ ਹੋ ਜਾਏ ਇਹਨਾਂ ਕੇਸਾਂ ਵਿੱਚ, ਅਤੇ ਪਤੰਤੇ ਦਾ ਫਿਰ ਕੀ ਕਰਨਾ। ਅਸੀਂ ਪੜ੍ਹ ਰਹੇ ਹਾਂ ਮਿਨਿਸਟਰ ਦਲਾ ਇਨਫਰਾਸਟਰਕਚਰ ਈ ਦੀ ਟਰਾਂਸਪੋਰਟ ਦੀ ਤਰਫੋਂ, ਠੀਕ ਹੈ। ਅਤੇ ਇਹ ਵੈਬਸਾਈਟ ਤੁਸੀਂ ਔਨਲਾਈਨ ਜਾ ਕੇ ਦੇਖ ਸਕਦੇ ਹੋ। ਅਤੇ ਅਸੀਂ ਪੜ੍ਹਾਂਗੇ, ਕਹਿੰਦੇ ਨੇ ਪ੍ਰੈਜ਼ੈਂਟਾਰ ਲਾ ਦਨੂੰਚਾ, ਤੁਸੀਂ ਕੀ ਕਰਨਾ ਹੈ ਜੇ ਤੁਹਾਡਾ ਪਤੰਤੇ ਗੁੰਮ ਹੋ ਗਿਆ, ਚੋਰੀ ਹੋ ਗਿਆ, ਗਵਾਚ ਕੇ ਗਿਆ, ਠੀਕ ਹੈ, ਕੀ ਕਰਨਾ ਹੈ? ਪ੍ਰੈਜ਼ੈਂਟਾਰ ਲਾ ਦਨੂੰਚਾ, ਤੁਸੀਂ ਪਰਚਾ ਕਰਾਉਣਾ ਹੈ ਇੰਤਰੋ ਕੁਰੰਤਾਓ ਤੋਰੇ 48 ਘੰਟੇ ਦੇ ਵਿੱਚ ਦਲਾ ਕੌਨਸਿਸਤਾ ਤਸਿਓਨ ਹੈ ਪ੍ਰੇਜ਼ੋ ਲਈ ਔਰਗਨ ਦੀ ਪਲੀਜ਼ੀਆ, ਔਰਗਨ ਦੀ ਪਲੀਜ਼ੀਆ ਨੂੰ ਤੁਸੀਂ ਦਨੂੰਚਾ ਕਰਨਾ ਹੈ। ਲਾ ਦਨੂੰਚਾ ਫਾਤੋ ਇਸ ਤਰ੍ਹਾਂ ਇਸਤਰਾਤੋ ਦੇਵੀਏਸਰੇ ਰਿਪ੍ਰੈਜ਼ੈਂਟਾਰੇ ਇਨ ਇਟਾਲੀਆ, ਜੇ ਤੁਸੀਂ ਦਨੂੰਚਾ ਬਾਹਰ ਦੇ ਮੁਲਕ ਜੇ, ਫੋਰ ਐਗਜ਼ਾਮਪਲ ਮੈਂ ਜਰਮਨੀ, ਫਰਾਂਸ ਕਿਧਰੇ ਗਿਆ ਸਾਂ, ਨਾਰਵੇ ਗਿਆ ਸਾਂ, ਕਿਤੇ ਗਿਆ ਸਾਂ, ਅਤੇ ਮੇਰਾ ਉੱਥੇ ਪਤੰਤੇ ਗੁੰਮ ਹੋ ਗਿਆ, ਉੱਥੇ ਤਾਂ ਮੈਂ ਦਨੂੰਚਾ ਕਰਾਈ ਹੈ, ਠੀਕ ਹੈ, ਜੇ ਰਿਪ੍ਰੈਜ਼ੈਂਟਾਰੇ ਯਾਨੀ ਕਿ ਦੁਬਾਰਾ ਇੱਥੇ ਦਨੂੰਚਾ ਕਰਾਓ, ਫਿਰ ਇਟਲੀ ਵਿੱਚ ਆਪਣੇ ਕਮੂਨੇ ਜਿੱਥੇ ਤੁਸੀਂ ਰਹਿੰਦੇ ਹੋ, ਠੀਕ ਹੈ। ਦੂਨਚਾ ਕਰਾਤਾ, ਠੀਕ ਹੈ, 48 ਘੰਟੇ ਦੇ ਵਿੱਚ, ਠੀਕ ਹੈ। ਵੇਨ ਰਿਲਾਸ਼ਾ ਤੁਲ ਪਰਮੇਸੋ ਪ੍ਰੋਵੀਜ਼ੋਰੀ ਦੀ ਚਿਰਕਰਸ਼ਨ ਹੈ, ਤੁਹਾਨੂੰ ਇੱਕ ਦਿੱਤੀ ਜਾਏਗੀ, ਠੀਕ ਹੈ। ਪਰਮੇਸੋ ਪ੍ਰੋਵੀਜ਼ੋਰੀ ਇੱਕ ਪ੍ਰੋਵੀਜ਼ੋਰੀ ਇੱਕ ਆਮ ਟੈਂਪਰੇਰੀ ਤੌਰ 'ਤੇ ਇੱਕ ਤੁਹਾਨੂੰ ਪਰਮੇਸੋ ਦਿੱਤੀ ਜਾਏਗੀ, ਸਿਰ ਚਿਰਕਰਸ਼ਨ ਹੈ ਸਰਕੂਲੇਸ਼ਨ ਲਈ, ਠੀਕ ਹੈ। ਯਾਨੀ ਕਿ ਜੇ ਤੁਹਾਡਾ ਚੋਰੀ ਚੋਰੀ ਹੋ ਜਾਂਦਾ, ਇਸ ਤਰ੍ਹਾਂ ਕੋਈ ਕੇਸ ਹੁੰਦਾ, ਤੁਹਾਨੂੰ ਇੱਕ ਟੈਂਪਰੇਰੀ ਤੌਰ 'ਤੇ ਇੱਕ ਚੀਜ਼ ਦਿੱਤੀ ਜਾਂਦੀ ਹੈ, ਵੀ ਤੁਸੀਂ ਜਦ ਤੱਕ ਜਿੰਨੇ ਟਾਈਮ ਦੇ ਪੀਰੀਅਡ ਦੇ ਦੌਰਾਨ ਤੁਹਾਡਾ ਲਾਈਸੈਂਸ ਨਵਾਂ ਬਣ ਕੇ ਨਹੀਂ ਆਉਂਦਾ, ਉਸ ਪੀਰੀਅਡ ਦੇ ਦੌਰਾਨ ਤੁਸੀਂ ਗੱਡੀ ਚਲਾ ਸਕਦੇ ਹੋ, ਠੀਕ ਹੈ। ਦ ਕੁਐਸਟ ਔਫ ਮੋਮੈਂਟ ਇਸ ਮੋਮੈਂਟ ਤੋਂ ਦ ਲਾ ਪਤੰਤੇ ਅਜੇਤੋ ਦਾ ਦਨੂੰਚਾ ਨੋਨ ਈ ਪਿਊ ਵਾਲੀਦੋ, ਕਹਿੰਦੇ ਇਹ ਜਿਹੜਾ ਪਤੰਤੇ ਜਿਹੜਾ ਤੁਹਾਡਾ ਉਹ ਹੁਣ ਵੈਲਿਡ ਨਹੀਂ ਰਹੇਗਾ, ਇਹ ਵੀ ਠੀਕ ਹੈ। ਇਸ ਮੋਮੈਂਟ 'ਤੇ ਜਿਸ ਟਾਈਮ ਤੁਹਾਨੂੰ ਮਿਲ ਗਏ ਨਾ, ਇਹ ਪ੍ਰੋਵੀਜ਼ੋ ਪ੍ਰੋਵੀਜ਼ੋਰੀ ਹੋ ਜਿਹੜੀ ਹੈ ਨਾ, ਪਰਮੇਸੋ ਪ੍ਰੋਵੀਜ਼ੋਰੀ ਹੋ, ਇਹ ਜਿੱਦਾਂ ਤੁਹਾਨੂੰ ਮਿਲ ਗਈ ਹੈ, ਯਾਨੀ ਕਿ ਤੁਹਾਡਾ ਪਤੰਤੇ ਪਿਛਲਾ ਉਹ ਖਾਤਾ ਖਤਮ ਹੋ ਗਿਆ, ਠੀਕ ਹੈ, ਯਾਨੀ ਉਹ ਹੁਣ ਤੁਹਾਡਾ ਹੁਣ ਵੈਲਿਡ ਨਹੀਂ ਰਹਿਣ ਲੱਗਾ ਪਤੰਤੇ। ਇਸ ਵਿਹਨੀ ਰਿਤਰਵਾਹ ਤੋਂ, ਔਰ ਜੇ ਤੁਹਾਨੂੰ ਦੁਬਾਰਾ ਮਿਲ ਜਾਂਦਾ ਹੈ ਦਵੇਸਰੇ ਦਿਸਤਰੋ ਤੋਂ, ਉਹਨੂੰ ਫਿਰ ਖਤਮ ਕਰ ਦਿਓ, ਠੀਕ, ਡਿਸਟਰੋਏ ਕਰ ਦਿਓ, ਕਿਉਂਕਿ ਉਹ ਹੁਣ ਦਾ ਜਿਹੜਾ ਕੇਸ ਹੋ ਗਿਆ ਉਹਨਾਂ ਦਾ ਪ੍ਰੋਸੈਸ ਅੱਗਾ ਚੱਲੇਗਾ, ਨਵੀਂ ਕਾਪੀ ਬਣ ਕੇ ਆਵੇਗੀ, ਹੁਣ ਪੁਰਾਣਾ ਜਿਹੜਾ ਤੁਹਾਡਾ ਉਹ ਡਿਸਟਰੋਏ ਕਰਨਾ, ਉਹ ਜੇ ਮਿਲ ਵੀ ਜਾਏ ਤਾਂ। ਕਹਿੰਦੇ ਔਰਗਾਨੀ ਦੀ ਪੁਲਿਸ ਜਾਂ ਵੈਰੀਫਿਕਾਨ ਔਰਗਨ ਪੁਲਿਸ ਔਰਗਨਾਈਜੇਸ਼ਨ ਵੈਰੀਫਾਈ ਕਰਨਗੀ, ਸੇ ਉਫੀਚੋ ਚੰਤਰਾਲੇ ਉਹ ਪ੍ਰਤਿਭਾ UCO ਜਿਹੜੇ ਨੇ ਮਿਸਰ ਦਲਾ ਤਰਸਪੋਤ, ਉਹ ਡੁਪਲੀਕਾਰ ਲਾ ਪਤੰਤੇ, ਵੀ ਉਹ ਡੁਪਲੀਕੇਟ ਕਰ ਸਕਦੇ ਨੇ, ਬਣਾ ਸਕਦੇ ਨੇ ਪਤੰਤੇ ਕਿ ਨਹੀਂ, ਠੀਕ ਹੈ, ਉਹ ਪੁਲਿਸ ਵਾਲੇ ਉਹਨਾਂ ਕੋਲ ਪੁੱਛਣਗੇ। ਸੇਲਾ ਡਿਪਲੀਕੇਸ਼ਨ ਨੇ ਤਕਨੀਕਾ ਮਿਹਨਤ ਪੋਸੀਬਲ ਹੈ, ਜੇ ਡੁਪਲੀਕੇਟ ਬਣਾਉਣਾ ਪੋਸੀਬਲ ਹੋਇਆ, ਭਾਰਤੀ ਉਫੀਚੋ ਚੰਤਰਾਲੇ ਉਹ ਪ੍ਰਤਿਭਾ ਜਿਹੜੇ UCO ਜਿਹੜਾ ਹੈਵੇ ਰੋਮਾ ਦਾ, ਜਿੱਥੋਂ ਬਣਾਉਣਾ ਪੋਸੀਬਲ ਹੋਵੇ, ਰਿਕੇਸਤਾ ਦੀ ਡੁਪਲੀਕਾਤ ਉਹ ਔਰਗਾਨਿਕ ਪੁਲਿਸ ਜਾਂ ਰਿਕੇਸਤਾ ਤੁਸੀਂ ਕਰਨਾ ਉਹ ਡੁਪਲੀਕੇਟ ਦਾ ਪੁਲਿਸ ਔਰਗਨਾਈਜੇਸ਼ਨ ਦੇ, ਠੀਕ ਹੈ। ਦੂਆ ਫੋਤੋ ਰਿਚੈਨ 'ਤੇ ਦੋ ਫੋਟੋ ਹੋਣੀ ਚਾਹੀਦੀ ਤੁਹਾਡੇ ਨਾਲ,
ਪੋਸਟ ਸੁਲ ਪੁਲੀਸ ਜਾਂ ਪੁਲੀਸ ਪੁਲਿਸ ਵਾਲਿਆਂ ਕੋਲ ਕਿ ਹਾ ਰਚਵੂਤੋ ਲੈ ਇਹ ਦਿਓਨੀਆ ਉਹ ਉਹਨਾਂ ਡਾਕੂਮੈਂਟੋ ਆਇਡੈਂਟੀ ਦਾ ਕੋਰਸ ਦੀ ਵੈਲਿਡ ਤੋਂ ਇੱਕ ਮੁਨਾਸਬ ਔਰ ਇੱਕ ਵਧ ਠੀਕ ਡਾਕੂਮੈਂਟ ਜਿਹਦੇ ਹੈ ਮੁਨਾਸਬ ਡਾਕੂਮੈਂਟ ਤੁਹਾਡਾ ਜਿਹਦੇ ਇਨ ਕੋਰਸ ਵੱਲ ਦਿੱਤਾ ਹੋ ਯਾਨੀ ਕਿ ਤੁਹਾਡਾ ਘਰ ਦਾ ਆਇਡੈਂਟੀ ਦਾ ਪਰਮਿਸ ਸ਼ੋਰਨ ਵਗੈਰਾ ਇਸ ਤਰ੍ਹਾਂ ਡਾਕੂਮੈਂਟ ਤੁਹਾਡੇ ਹੋਣੇ ਚਾਹੀਦੇ ਨਾਲ ਫੋਟੋ ਵਾਲੇ ਔਰ ਦੋ ਫੋਟੋਆਂ ਤੁਸੀਂ ਦੇਣੀਆਂ ਠੀਕ ਹੈ ਡੁਪਲੀਕੇਟ ਵੈਨ ਇਨ ਵਿਆਹ ਤੋਂ ਇਨ ਵਿਆਹ ਕਰਦੇ ਹੋ ਸੈਂਡ ਕਰਦੇ ਹੋ ਡੁਪਲੀਕੇਟ ਨੂੰ ਕਾਜ਼ ਦੀ ਇੰਟਰੈਸਾ ਫੀਚੋ ਚੰਤਰਾਲੇ ਉਹ ਪ੍ਰਤੀ ਵੋ ਯੂ ਸੀ ਓ ਰੋਮਾ ਨੂੰ ਠੀਕ ਹੈ ਡੁਪਲੀਕੇਟ ਲਈ ਯਾਨੀ ਕਿ ਤੁਸੀਂ ਅਪਲਾਈ ਕਰ ਦੇਣਾ ਪਾਗਾਮੈਂਟ ਤੋਂ ਤੁਸੀਂ ਪੇ ਕਰਨਾ ਹੈ ਕੋਂਤਰਾਸੇਨੀਓ ਦੀ ਨੋਵੇ ਐਵਰੋ ਪਿਊਲ ਸਪੇਜੀ ਸਪੇਜ ਪੋਸਤਾਲੀ 9 ਯੂਰੋ ਤੁਸੀਂ ਪੇ ਕਰਨੇ ਨੇ ਠੀਕ ਹੈ ਇਹਦਾ ਨਵਾਂ ਬਣਵਾਉਣ 'ਤੇ ਪਲੱਸ ਜਿਹੜੇ ਸਪੇਜ ਹੋਣ ਪੋਸਤੇ ਦੇ ਯਾਨੀ ਕਿ ਜਿਹੜੇ ਤੁਸੀਂ ਤੁਹਾਡਾ ਉਹ ਲੈਟਰ ਸੈਂਡ ਕਰਨਗੇ ਯੂ ਸੀ ਓ ਨੂੰ ਰੋਮਾ ਨੂੰ ਅਤੇ ਉਹ ਚੀਜ਼ਾਂ ਜਿਹੜੀ ਜਿਹੜੇ ਜਿਹੜੇ ਖਰਚੇ ਆਉਣਗੇ ਉਹ ਪਲੱਸ 9 ਯੂਰੋ ਖਰਚੇ ਜਿੰਨੇ ਵੀ ਆਉਣ ਜਿੱਥੇ ਹੋ ਤੁਸੀਂ ਉਹਦੇ ਡਿਪੈਂਡ ਕਰਦਾ ਹੈ ਉਹਨਾਂ ਜਿਹੜੀ ਕਰਨੀ ਹੈ ਡੀ ਐੱਚ ਐੱਲ ਵਗੈਰਾ ਜੋ ਵੀ ਕਰਨਗੇ ਉਹਦੇ ਜਿੰਨੇ ਖਰਚੇ ਆਉਣਗੇ ਉਹ ਤੁਸੀਂ ਪੇ ਕਰਨੇ ਪਲੱਸ 9 ਯੂਰੋ ਸੇ ਇੰਤਰੋ ਕੌਂਤਰਾ ਚੀਕਵੇ ਜੋਰਨੀ ਜੇ 45 ਦਿਨਾਂ ਦੇ ਅੰਦਰ ਕੁਰੰਤ ਚੀਕਵੇ ਜੋਰਨੀ 45 ਦਿਨਾਂ ਦੇ ਅੰਦਰ ਦਲਾ ਦਾਤਾ ਦਲਾ ਪਰਮੇਸੋ ਦੀ ਪ੍ਰੋਵੀਜ਼ੋਰੀ ਜਿਸ ਟਾਈਮ ਦਾਤਾ ਪਰਮੇਸੋ ਸੀ ਜਿਹੜੀ ਪ੍ਰੋਵੀਜ਼ੋਰੀ ਜਿਹੜਾ ਰੈਗੂਲੇਸ਼ਨ ਹੈ ਜਿਹੜਾ ਇੱਕ ਲਾਇਸੈਂਸ ਦਿੱਤਾ ਉਹਨੂੰ ਆਰਜ਼ੀ ਤੌਰ 'ਤੇ ਚਲਾਉਣ ਲਈ ਗੱਡੀ ਇਲ ਡੁਪਲੀਕਾਟ ਨੋਨ ਵੈਨ ਰਿਪੀਤੀ ਰਿਚੀਪੀ ਤੋਂ ਜੇ ਤੁਹਾਨੂੰ 45 ਦਿਨਾਂ ਦੇ ਅੰਦਰ ਰਿਸੀਵ ਨਹੀਂ ਕਰਦੇ ਹੈ ਵੀ ਡੁਪਲੀਕੇਟ ਪਤਾ ਤੇ ਆਪਣਾ ਰੈਜੀਡੈਂਸ ਦਲ ਦੁਨੂੰ ਚਾਹ ਤਾਂ ਉਸ ਰੈਜੀਡੈਂਸ 'ਤੇ ਜਿੱਥੇ ਤੁਸੀਂ ਦੁਨੂੰ ਚੈੱਕ ਕੀਤਾ ਸੀ ਫੋਰ ਐਗਜ਼ਾਮਪਲ ਮੈਂ ਆਪਣਾ ਰੈਜੀਡੈਂਸ ਆਪਣਾ ਘਰ ਦਾ ਐਡਰੈਸ ਦਿੰਦਾ ਜੇ 45 ਦਿਨਾਂ ਵਿੱਚ ਉੱਥੇ ਨਹੀਂ ਆਉਂਦਾ ਬਣ ਕੇ ਹੈਵੀ ਲਾਇਸੈਂਸ ਅਤੇ ਫਿਰ ਕੀ ਕਰਨਾ ਜਾਣੀ ਨੋਰਮਲੀ ਹੁੰਦਾ 45 ਦਿਨ ਵਿੱਚ ਆ ਜਾਣਾ ਚਾਹੀਦਾ ਕੁਐਸ ਤੋਂ ਉਲਤੀਮੋ ਦੇਵਰੇ ਦੇਵੇ ਤਲਫਿਨਾਰੇ ਅਲ ਨੂਮਰੋ ਵੈਰ ਦੇ ਇਸ ਦੇ ਆਖਰੀ ਹੱਲ ਹੈ ਕਿ ਫਿਰ ਤੁਸੀਂ ਨੂਮਰੋ ਵੈਰ 'ਤੇ ਜਿਹੜਾ ਗ੍ਰੀਨ ਨੰਬਰ ਹੈ ਨਾ ਫਰੀ ਨੰਬਰ ਇਹਦੇ ਟੈਲੀਫੋਨ ਕਰੋ ਟੈਲੀਫੋਨਾਤਾ ਈ ਗ੍ਰੈਟੁਇਟਾ ਮੈਂ ਤੋਂ ਟੈਲੀਫੋਨ ਤੁਸੀਂ ਫਰੀ ਆਫ ਕੋਸਟ ਕਰਨਾ ਦਿੱਲੀ ਓਪਰੇਟੋਰੇ ਦਿਲਾ ਮੋਟਰਸੀਓਨੇ ਚਵੀਲੇ ਦੀ ਰੋਮਾ ਜਿਹੜਾ ਓਪਰੇਟਰ ਹੋਵੇਗਾ ਮੋਟਰਸੀਓਨੇ ਚਵੀਲੇ ਦੀ ਰੋਮਾ ਨੂੰ ਹੁਣ ਤੁਸੀਂ ਫਰੀ ਆਫ ਕੋਸਟ ਹੈ 8880 23 23 23 23 23 23 23 ਇਹਦੇ 'ਤੇ ਕਾਲ ਕਰਨੀ ਹੈ ਮੋਟਰਸੀਓਨੇ ਚਵੀਲੇ ਰੋਮਾ ਹੈ ਇਹਨਾਂ ਨੂੰ ਸੁਣੋ ਡਿਸਪੋਜੀਸ਼ਨ ਆਦਿ ਦਲਾ ਲੂਨੇ ਦੀ ਈ ਵੈਨਰ ਦੀ ਇਹ ਲੂਨੇ ਦੀ ਵੈਨਰ ਦੀ ਹੁੰਦੇ ਨੇ ਦਲੇ ਆ ਸੁਬਾਹ 8:30 ਤੋਂ ਲੈ ਕੇ ਆਲੇ ਤਰੇਦੀਚੀ 30 ਡੇਢ ਵਜੇ ਤੱਕ ਔਰ ਫਿਰ ਡੇਢ ਵਜੇ ਤੋਂ ਬਾਅਦ ਘੰਟੇ ਬਾਅਦ ਘੰਟੇ ਤੋਂ ਪਹੁੰਚਦਾ ਹੁੰਦਾ ਦਲੇ ਕੋਤੋਰ ਦੀ ਚੀ 30 ਢਾਈ ਵਜੇ ਤੋਂ ਲੈ ਕੇ ਆਲੇ ਇਸ ਦੀ ਚਿਸੇ 30 5:30 ਤੱਕ ਹੋਣਗੇ ਠੀਕ ਹੈ ਕੀ ਕਰਨਾ ਤੁਸੀਂ ਆਪਣਾ ਜਿਹੜਾ ਨਾ ਜੇ ਤੁਹਾਡਾ ਖਰਾਬ ਹੋ ਜਾਂਦਾ ਖੋ ਜਾਂਦਾ ਚੋਰੀ ਹੋ ਜਾਂਦਾ ਠੀਕ ਹੈ ਤੁਸੀਂ 48 ਘੰਟਿਆਂ ਦੇ ਵਿੱਚ ਦੁਨੂੰਚਾ ਕਰਾਉਣਾ ਦੁਨੂੰਚਾ ਕਰਾਉਣ ਤੋਂ ਬਾਅਦ ਕੀ ਕਰਨਾ ਦੁਨੂੰਚਾ ਕਰਾਉਣ ਤੋਂ ਬਾਅਦ ਤੁਸੀਂ ਪੁਲਿਸ ਵਾਲਿਆਂ ਨੂੰ ਔਰਗਾਨ ਦੀ ਪੁਲਿਸ ਨੂੰ ਤੁਸੀਂ ਆਪਣੇ ਦੋ ਫੋਟੋ ਦੇਣੇ ਨੇ ਫੋਟੋਆਂ ਦੇ ਨਾਲ ਆਪਣਾ ਇੱਕ ਡਾਕੂਮੈਂਟ ਦੇਣੇ ਨੇ ਮੁਨਾਸਬ ਡਾਕੂਮੈਂਟ ਜਿਹੜੇ ਆਈ ਡੀ ਵਗੈਰਾ ਜਿਹੜੇ ਉਹ ਪੁੱਛਦੇ ਨੇ ਠੀਕ ਹੈ ਇੱਥੇ ਕੋਈ ਲਿਖੇ ਨਹੀਂ ਹੈ ਖਾਸ ਲੇਕਿਨ ਉਹ ਇਹਨਾਂ ਪਰਮੇਸ਼ੁਰ ਜੀ ਉਹਨੂੰ ਕਰਦੇ ਦਿੰਦਾ ਇੱਦਾਂ ਚੀਜ਼ਾਂ ਠੀਕ ਹੈ ਉਹ ਫਰਾਮ ਕਰਨੀ ਉਹਨਾਂ ਨੂੰ ਉਹ ਡੁਪਲੀਕੇਟ ਲਈ ਅਪਲਾਈ ਕਰ ਦੇਣਗੇ ਯੂ ਸੀ ਓ ਨੂੰ ਚੰਤਰਾਲੇ ਓਫਿਸ ਚੰਤਰਾਲੇ ਓਪਰੇਟਰੀ ਵਾ ਜਿਹੜਾ ਰੋਮਾਂ ਦੇ ਉਹਨੂੰ ਅਪਲਾਈ ਕਰਨਗੇ ਜਿੱਥੋਂ ਡੁਪਲੀਕੇਟ ਬਣ ਕੇ ਆਉਣਗੇ ਔਰ 9 ਯੂਰੋ ਦੀ ਇੱਕ ਕੋਂਤਰਾਸੀਨੀ ਹੋਣੀ ਜਿਹੜੀ ਤੁਸੀਂ ਪੇ ਕਰਨੀ ਹੈ ਪਲੱਸ ਜਿਹੜੇ ਸਪੇਜ਼ ਪੋਸਤੇ ਦੇ ਆਉਣ ਜਾਣ ਵਧੇ ਠੀਕ ਹੈ ਇਨ ਕੇਸ ਜੇ 45 ਦਿਨਾਂ ਵਿੱਚ ਤੁਹਾਡਾ ਪਤਾ ਲਾਇਸੈਂਸ ਨਹੀਂ ਆਉਂਦਾ ਫਿਰ 45 ਦਿਨਾਂ ਤੋਂ ਬਾਅਦ ਤੁਸੀਂ ਕੀ ਕਰਨਾ 45 ਦਿਨਾਂ ਤੋਂ ਬਾਅਦ ਤੁਸੀਂ ਇਹ ਨੰਬਰ ਵੈਦ ਦੇ ਕਾਲ ਕਰਕੇ ਤਾਂ ਪੁੱਛ ਸਕਦੇ ਹੋ ਇਨਫੋਰਮੇਸ਼ਨ ਕੀ ਹੋਇਆ ਤੁਹਾਡੇ ਲਾਇਸੈਂਸ ਦਾ ਅਤੇ ਜਿਹੜਾ ਪਤੰਤੇ ਹੁੰਦਾ ਆਪਣਾ ਯੂ ਐੱਨ ਓ ਦਾ ਪਤੰਤੇ ਬੇਸਿਕਲੀ ਜਿਹੜਾ ਨਾ ਇਹ ਬੰਦੇ ਨੂੰ ਧੋਖਾ ਹੀ ਦਿੱਤਾ ਜਾਂਦਾ ਜਿਹੜੀ ਤੁਹਾਡੀ ਫੀਸ ਲੱਗਦੀ ਹੈ ਨਾ ਉਹ ਧੋਖਾ ਹੀ ਤੁਹਾਨੂੰ ਦਿੱਤਾ ਜਾਂਦਾ ਠੀਕ ਹੈ ਜੀ ਇਸ ਕਰਕੇ ਇਹਦੇ ਵਿੱਚ ਕਿਤੇ ਵੀ ਕਿਸੇ ਵੀ ਮੁਲਕ ਸਾਰੇ ਮੁਲਕ ਵੀ ਤਕਰੀਬਨ ਬਣ ਜਾਂਦੇ ਨੇ ਠੀਕ ਹੈ ਦਫ਼ਤਰ ਲੋਕਾਂ ਨੇ ਬਣਾਏ ਹੋਏ ਨੇ ਯੂਨਾਨ ਦਫ਼ਤਰ ਬਣਾ ਕੇ ਤਰ੍ਹਾਂ ਤਰ੍ਹਾਂ ਦੇਈ ਜਾਂਦੇ ਨੇ ਆਪਣੇ ਲਾਇਸੈਂਸ ਬਣਾ ਕੇ ਦੇਈ ਜਾਂਦੇ ਨੇ ਯੂਐੱਨ ਦੇ ਜਿਹੜੇ ਨੇ ਲਾਇਸੈਂਸ ਉਹਨਾਂ 'ਤੇ ਕਦੇ ਵੀ ਯਕੀਨ ਨਾ ਕਰੋ ਹੈ ਵੀ ਕਦੇ ਵੀ ਸਹੀ ਇੱਕ ਨੰਬਰ ਨਹੀਂ ਕਿਉਂਕਿ ਜੇ ਅਸੀਂ ਇੱਕ ਨੰਬਰ ਹੋਣ ਮੈਂ ਯੂਐੱਨ ਦਾ ਲਾ ਕੇ ਤਾਂ ਮੈਟਾਲੀ ਨਾਲ ਚੇਂਜ ਕਿਉਂ ਨਾ ਕਰ ਲਵਾਂ ਹੋ ਕੇ ਉਹਨਾਂ ਜਾਣ ਚੇਂਜ ਠੀਕ ਹੈ ਫਿਰ ਤਾਂ ਲੇਕਿਨ ਬਣਾਉਣ ਦੀ ਲੋੜ ਹੀ ਟੈਨਸ਼ਨ ਲੋੜ ਹੀ ਕੋਈ ਨਾ ਵੀ ਲੈਣ ਦੀ ਕਿਸ ਚੀਜ਼ ਦੀ ਅਤੇ ਦੂਜੀ ਗੱਲ ਰਹੇਗੀ ਆਪਣਾ ਹੁਣ ਟਾਈਮ ਤਕਰੀਬਨ ਸਾਡਾ ਹੋ ਗਿਆ
ਜਿਹੜਾ ਪਾਕਿਸਤਾਨ ਇੰਡੀਆ ਤੋਂ ਬੰਦੇ ਆਉਂਦੇ ਨੇ ਲਾਇਸੈਂਸ ਚੇਂਜ ਕਰਾਉਂਦੇ ਨੇ ਸਾਲ ਦੇ ਲਈ, ਚੇਂਜ ਜਿਹੜਾ ਹੁੰਦਾ ਉਹ ਚਲਾ ਸਕਦੇ ਹੋ ਕਿ ਨਹੀਂ, ਉਹਦੇ ਬਾਰੇ ਅਗਲੀ ਵੀਡੀਓ ਗੱਲ ਕਰਾਂਗੇ। ਪਲੱਸ ਦੂਜੀਆਂ ਗੱਲ ਕਰਾਂਗੇ ਥਿਊਰੀ ਤੋਂ ਬਗੈਰ ਪਤੰਦ 'ਤੇ ਬਣ ਜਾਂਦਾ ਕਿ ਨਹੀਂ, ਜ਼ਰੂਰੀ ਤੋਂ ਪਹਿਲਾਂ ਥਿਊਰੀ ਤੋਂ ਬਿਨਾਂ ਪਤੰਦ 'ਤੇ ਬਣ ਸਕਦਾ, ਕਿਵੇਂ ਬਣਦਾ, ਕਿ ਕਿੱਥੇ ਬਣਦਾ, ਅਸੀਂ ਡਿਸਕਸ ਕਰਾਂਗੇ ਨੈਕਸਟ ਵੀਡੀਓ ਜੀ। ਉਮੀਦ ਕਰਨਾ ਹੈਲਪਫੁਲ ਹੋਵੇਗੀ ਵੀਡੀਓ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਰੱਬ ਰੱਖਾਂ।